ਜੋ ਮਨਜੀਤ ਸਿੰਘ ਜੀਤ ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਹਮਲਾ ਹੋਇਆ ਹੈ, ਬਹੁਤ ਹੀ ਨਿੰਦਣਯੋਗ ਹਮਲਾ ਹੈ। 25-30 ਬੰਦਿਆਂ ਨੇ ਰਲ ਕੇ ਉਸਦੇ ਦਸਤਾਰ ਉਤਾਰੀ, ਉਸਨੂੰ ਡੇਗਿਆ ਥੱਲੇ, ਉਸਦੀ ਥੋੜ੍ਹੀ ਬਹੁਤੀ ਮਾਰ ਕੁਟਾਈ ਕੀਤੀ। ਇਹ ਬਹੁਤ ਹੀ ਘਿਨਾਉਣੀ ਇਹ ਸ਼ਰਾਰਤ ਹੈ, ਇਹ ਸਮੁੱਚੇ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ। ਅਸੀਂ ਦਸਤਾਰ ਦੇ ਵਾਸਤੇ ਲੜਾਈਆਂ ਲੜ ਰਹੇ ਹਾਂ, ਵਿਦੇਸ਼ੀ ਸਿੱਖਾਂ ਦਾ ਵੀ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਪਰ ਵਿਦੇਸ਼ਾਂ ਦੇ ਵਿੱਚ ਇਹ ਸਿੱਖ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਨੇ, ਕਦੇ ਗੁਰਦੁਆਰਿਆਂ ਵਿੱਚ ਜੁੱਤੀਆਂ ਲੈ ਕੇ ਜਾ ਰਹੇ ਨੇ, ਕਿਤੇ ਉੱਥੇ ਪੱਗੋ ਹੱਥੀ ਹੋ ਰਹੇ ਨੇ, ਬਹੁਤ ਹੀ ਘਿਨਾਉਣੀਆਂ ਕਰਤੂਤਾਂ ਨੇ, ਇਹਨਾਂ ਤੋਂ ਬਾਜ ਆਉਣਾ ਚਾਹੀਦਾ ਹੈ। ਹਾਂ, ਕੋਈ ਮਨ ਵਿੱਚ ਗਿਲਾ ਅਤੇ ਬੈਠ ਕੇ ਗੱਲ ਕੀਤੀ ਜਾ ਸਕਦੀ, ਉਹ ਤਾਂ ਮਨਜੀਤ ਸਿੰਘ ਜੀ ਕੇ ਨੇ ਕਈ ਵਾਰੀ ਕਿਹਾ ਚੁੱਕਿਆ ਹੈ ਕਿ ਕਿਸੇ ਨੇ ਗੱਲ ਕਰਨੀ ਹੈ ਅਤੇ ਮੇਰੇ ਨਾਲ ਸਾਹਮਣੇ ਟੇਬਲ ਟਾਕ ਕਰਕੇ ਉਹ ਗੱਲ ਕਰ ਸਕਦਾ, ਪਰ ਇਸ ਤਰ੍ਹਾਂ ਹੱਥੋਂ ਪਾਈ ਹੋਣਾ, ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ, ਇਹ ਤਾਂ ਕੌਮ ਨੂੰ ਬਦਨਾਮ ਕਰਨ ਵਾਲੀ ਗੱਲ ਹੈ, ਸੋਚੀ ਸਮਝੀ ਸਾਜਿਸ਼ ਹੈ। ਸਾਰੇ ਵੀਰਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਔਰ ਮਨਜੀਤ ਸਿੰਘ ਜੀ ਕੇ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਆਪਣੀ ਸੇਵਾ ਕਾਲ। ਦਿੱਲੀ ਦੇ ਵਿੱਚ ਵੇਖੋ, ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਵਾ ਦਿੱਤਾ, ਦਿੱਲੀ ਫਤਿਹ ਦਿਵਸ ਜਿਹੜਾ ਸਿੱਖਾਂ ਦੇ ਮਨਾਂ ਵਿੱਚ ਵਿਸਰਿਆ ਹੋਇਆ ਸੀ, ਉਹ ਕਿੱਡੀ ਜਾਹੋ ਜਲਾਲ ਦੇ ਨਾਲ ਮਨਾਇਆ ਜਾਂਦਾ, ਪਾਰਲੀਮੈਂਟ ਦੇ ਸਾਹਮਣੇ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ, ਔਰ ਸੱਚ ਦੀ ਦੀਵਾਰ ਵਰਗਾ ਇਤਿਹਾਸ ਲਿਖ ਕੇ ਰਚਕ ਦਿੱਤਾ ਜਾਂਦਾ ਹੈ। ਐਸੀਆਂ ਵੱਡੀਆਂ ਸੇਵਾਵਾਂ ਕਰਨ ਵਾਲੇ ਨੂੰ ਤਾਂ ਸਤਿਕਾਰ ਦੇਣਾ ਚਾਹੀਦਾ ਹੈ, ਪਰ ਇਹ ਕੁਝ ਲੋਕ ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੈ, ਐਸਾ ਕਰਦੇ ਨੇ, ਉਹਨਾਂ ਨੂੰ ਵੀ ਐਸਾ ਨਹੀਂ ਕਰਨਾ ਚਾਹੀਦਾ। ਮਨ ਵਿੱਚ ਰੋਸ ਹੈ ਅਤੇ ਬੈਠ ਕੇ ਗੱਲ ਕਰਨੀ ਚਾਹੀਦੀ। ਆਓ, ਜਿਹੜੇ ਸਿੱਖ ਨੇ ਬਾਹਰ ਦੇ ਉਹ ਇਹਨਾਂ 'ਤੇ ਕਾਰਵਾਈ ਕਰਨ, ਔਰ ਜਿਹੜੀ ਰਿਪੋਰਟਾਂ ਸ਼੍ਰੀ ਅਕਾਲ ਤਖਤ ਸਾਹਿਬ ਭੇਜਣ, ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਵੱਲੋਂ ਤਾਂ ਕਾਫੀ ਸਮਾਂ ਪਹਿਲਾਂ ਇਹ ਰੱਦ ਕੀਤੀ ਜਾ ਚੁੱਕੀ ਆ, ਉਹ ਰਣਜੀਤ ਸਿੰਘ ਕਮਿਸ਼ਨ ਨੂੰ ਅਜੇ ਨਹੀਂ ਮੰਨਦਾ, ਇਸ ਕਰਕੇ ਉਹਨਾਂ ਤਾਂ ਬਹੁਤ ਸਮਾਂ ਪਹਿਲਾਂ ਹੀ ਗੱਲ ਕਹਿ ਦਿੱਤੀ ਸੀ, ਕੱਲ੍ਹ ਉਹਨਾਂ ਨੇ ਮੀਟਿੰਗ ਦੇ ਵਿੱਚ ਕੀਤਾ।